ਕਿਲ 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 ਇਹ ਆ ਕਿਲਰਾਂ ਦਾ ਟਾਈਮ ਰੀਅਲ ਹਸਲ ਬੇਬੀ ਇਹ ਨਹੀਂ ਫੀਲਰਾਂ ਦਾ ਟਾਈਮ set your entire empire on fire so give me your mic without a wire ਸੁਸਾ ਸੀ ਗੱਲ ਬਈ ਸਾਰਿਆਂ ਨੂੰ ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਈ 4-10 ਸੌਂਗ ਬਾਈ ਸਿੱਧੂ ਮੂਸੇਵਾਲਾ ਬਾਈ ਅਤੇ ਹੈਗਾ ਨਾਲ ਸਨੀ ਮਲਟਨ ਬਾਈ ਅਤੇ ਸਨੀ ਮਲਟਨ ਬਾਈ ਦੇ ਚੈਨਲ 'ਤੇ ਆਇਆ ਇਹ ਗਾਣਾ ਲਿਖਿਆ ਗਾਇਆ ਅਤੇ ਕੰਪੋਜੀਸ਼ਨ ਦੋਨੇ ਸਿੱਧੂ ਮੂਸੇਵਾਲੇ ਨੇ ਅਤੇ ਸਨੀ ਮਲਟਨ ਬਾਈ ਨੇ ਦੋਨਾਂ ਨੇ ਮਿਲ ਕੇ ਬਣਾਈ ਆ ਇਹ ਤਿੰਨੇ ਚੀਜ਼ਾਂ। ਅਤੇ ਐਗਜੀਕਿਊਟਿਵ ਪ੍ਰੋਡਿਊਸਰ ਹੈਗਾ ਸਨੀ ਮਲਟਨ ਬਾਈ, ਵਿਜ਼ੂਅਲਸ ਹੈਗਾ ਸੈਵੀ ਸਿੰਘ ਦੇ, ਪ੍ਰੀਤ ਚਾਲ ਦੇ ਅਤੇ ਜੌਥੀ ਟੈਟਰ ਦੇ, ਅਤੇ ਜਿਹੜਾ ਮਿਊਜ਼ਿਕ ਆ ਉਹ ਬਣਾਇਆ ਬਈ ਆਫ ਗ੍ਰਿੱਡ ਨੇ। ਸੋ ਦੇਖਦੇ ਹਾਂ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ, ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। It's 410, I'm under 410. Me and my dog just made a fortune. This time I want it all, not a portion. It's 410, I'm under 410. It's 410, I'm under 410. Me and my dog just made a fortune. This time I want it all, not a portion. It's 410, I'm under 410. It's like, welcome to the region of Peel, it's getting scary. I've been on road for the cheese, I love dairy. I've been screaming, fuck the ops, I know they hear me. I've been gripping on my steel, fuck if they fear me. ਪਤੰਦਰਾ ਸਾਰਾ ਹੀ ਅੰਗਰੇਜ਼ੀ 'ਚ ਚੱਕਦਾ ਕੰਮ, ਸਾਡੇ ਵਰਗਿਆਂ ਬਾਰੇ ਵੀ ਸੋਚ ਲਿਆ ਕਰ। ਟੂ ਬਿਚਸ ਇਨ ਦਾ ਬੈਕ ਸੀਟ ਹੈਕਰਡ ਪਾਪਰਾ ਜੀ ਹਰਾਸ ਵੀ ਇਹ ਕੀ ਬੋਲੀ ਜਾਂਦਾ ਬਾਈ। ਓਕੇ 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 ਆਹ ਚੀਜ਼ ਸਿਰਾ ਬਾਬੇ ਹੁੰਦਾ, ਹੁਣ ਮਿਕਸ ਕਰਤਾ ਕੰਮ, ਆਹ ਚੀਜ਼ ਘੈਂਟ ਲੱਗਦੀ ਆ ਬਾਈ। ਮੈਂ ਕਹਿੰਦਾ ਬਾਈ ਦੇ ਹਰੇਕ ਗਾਣੇ 'ਚ ਮਤਲਬ ਇਸ ਤਰ੍ਹਾਂ ਹੋਵੇ ਨਾ, ਜਿਹੜਾ ਪੂਰੀ ਇੰਗਲਿਸ਼ ਗਾਉਂ 'ਚ ਗਾਉਂਦਾ ਹੈ ਨਾ ਬੰਦਾ, ਉਹਦੇ ਨਾਲ ਉਹ ਜਿਵੇਂ ਆਹ ਮਿਕਸ ਜਿਹਾ ਕਰਕੇ ਗਾਉਂਦਾ ਹੈਗਾ, ਇਹ ਚੀਜ਼ ਜ਼ਿਆਦਾ ਘੈਂਟ ਲੱਗਦੀ ਆ। ਫਾਇਦਾ ਚੱਕ ਭੱਜੇ ਨਾਮ ਨਹੀਂ ਮੈਂ ਲੈਣਾ ਹੈ, ਇਹ ਸ਼ਾਇਦ ਹੋ ਸਕਦਾ ਕਿਸੇ ਨੂੰ ਕਹੀ ਗਈ ਹੋਵੇ ਗੱਲ। ਬਾਈ ਕਮੈਂਟ ਕਰਕੇ ਦੱਸੋ ਯਾਰ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਕਿਹਨੂੰ ਕਹੀ ਹੋ ਸਕਦੀ ਆ। ਆ ਗਿਆ ਜੋਬਰ ਟੱਲੀ ਕੱਲੀ ਬੁੜਕਦੀ ਨਾੜ ਲੋਕਾਂ ਪਾ ਦੀ ਹੁਣ ਤਾਂ ਸਵੇਰਾ ਹੋਈ ਜਾਂਦਾ ਟਿੱਕੀ ਚਟਰਾਕੂ ਆ ਤੇ ਪਾਉਣ ਵਿੱਚ ਗਿੱਲਾ ਬ੍ਰੈਮਟਨ ਵਿਗੜੇ ਹੋਏ ਜੱਟਾਂ ਦਾ ਆ ਟੱਲਾ।
ਕਾਲੀ ਕਾਲੀ ਰੇਂਜ ਵਿੱਚ ਵੱਜੇ ਅਣਖੀਲਾ ਹੈ ਅੱਜ। ਮੈਂ ਸੁਣਿਆ ਅਣਖੀਲੇ ਬਾਈ ਦਾ ਅੱਜ ਜਨਮ ਦਿਨ ਵੀ ਆ, ਹੈ ਨਾ, ਮੈਂ ਪੋਸਟ ਦੇਖੀ ਸੀਗੀ ਇੱਕ, ਅਤੇ ਬਰਥਡੇ ਗਿਫਟ ਮਿਲ ਗਿਆ ਬਾਈ ਨੂੰ ਤਾਂ, ਹੈ ਵੀ ਸਿੱਧੂ ਬਾਈ ਦਾ ਗਾਣਾ ਦੇ ਵਿੱਚ ਅਣਖੀਲੇ ਬਾਈ ਦਾ ਨਾਂ ਲਿਆ, ਉੱਧਰੋਂ ਬਰਥਡੇ ਆ, ਘੈਂਟ ਯਾਰ ਘੈਂਟ ਕੰਮ ਹੋ ਗਿਆ। ਆਹ ਕਿੰਨੀ ਘੈਂਟ ਕਹਿ ਰਿਹਾ, ਈਜ਼ੀ ਮਨੀ ਕਹਿੰਦਾ ਤੇ ਇਹ ਕਹਿੰਦੇ ਆ ਬਲੈਕ ਹੈ। ਇੱਕ ਵਾਰ ਦੁਬਾਰੇ ਸੁਣਦੇ ਹਾਂ ਯਾਰ ਇਹ ਚੀਜ਼ ਆਪਾਂ। ਰੀਅਲ ਹਸਲ ਬੇਬੀ ਐਨੀ ਫੀਲਰਾਂ ਦਾ ਟਾਈਮ, ਕਿਆ ਬਾਤ ਆ। ਸਟੀਲ ਮੈਕਲੋਗਨ ਕੀ ਚੀਜ਼ ਆ ਬਾਈ ਯਾਰ, ਜਿਹਨੂੰ ਪਤਾ ਦੱਸੋ। ਸਹੀ ਆ, ਇਹ ਵੀ ਦਿਲ ਦਾ ਨਹੀਂ ਮਾੜਾ ਯਾਰ, ਕਹਿ ਤੂੰ ਕੁਛ ਮਰਜ਼ੀ ਆ, ਦਿਲ ਦਾ ਸਾਫ ਆ ਬੰਦਾ। ਸੋ ਬਈ ਇਹ ਸੀਗਾ ਗਾਣਾ, ਤਾਂ ਯਾਰ ਬਹੁਤ ਬਹੁਤ ਘੈਂਟ ਗਾਣਾ ਸੀ ਯਾਰ, ਫੁੱਲ ਇੰਜੋਏ ਕੀਤਾ ਆਪਾਂ ਗਾਣੇ ਨੂੰ। ਆਫ ਗ੍ਰੇਡ ਨੇ ਬਹੁਤ ਘੈਂਟ ਮਿਊਜ਼ਿਕ ਬਣਾਇਆ ਯਾਰ, ਬੀਟ ਸਿਰਾ ਸੀਗੀ ਗਾਣੇ ਦੀ, ਅਤੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਫੁੱਲ ਸਵਾਦ ਆਇਆ ਗਾਣਾ ਸੁਣਨ ਦਾ। ਬਸ ਥੋੜ੍ਹਾ ਹੈ ਸਟਾਰਟਿੰਗ ਦੇ ਵਿੱਚ ਥੋੜ੍ਹੀ ਜਿਹੀ, ਉਹ ਤੁਹਾਨੂੰ ਪਤਾ ਹੱਥ ਤੰਗ ਆ ਨਾ, ਆਪਾਂ ਦੇਸੀ ਬੰਦੇ ਹਾਂ, ਥੋੜ੍ਹੀ ਜਿਹੀ ਅੰਗਰੇਜ਼ੀ 'ਚ ਹੱਥ ਤੰਗ ਆ, ਤਾਂ ਕਰਕੇ ਥੋੜ੍ਹੀਆਂ ਜਿਹੀਆਂ ਗੱਲਾਂ ਉੱਪਰ ਦੀ ਲੰਘ ਜਾਂਦੀਆਂ, ਸਮਝ ਲਾਂਗੇ ਇਹੋ ਜਿਹੀ ਗੱਲ ਨਹੀਂ, ਕੋਈ ਨਹੀਂ ਹਜੇ ਸੁਣਾਂਗੇ 5-7 ਵਾਰੀ ਤਾਂ ਸਮਝ ਆਜੂਗੀ, ਐਡੀ ਗੱਲ ਨਹੀਂ ਹੈਗੀ। ਪਰ ਹਾਂ ਵੀ ਟਾਈਮ ਲੱਗ ਜਾਂਦਾ, ਥੋੜ੍ਹਾ ਜਿਹਾ ਪ੍ਰੋਸੈਸਿੰਗ ਲੈਂਦਾ ਦਿਮਾਗ। ਅਤੇ ਬਾਕੀ ਜਿਹੜਾ ਬਾਈ ਨੇ ਸਨੀ ਮਾਲਟਨ ਨੇ ਜਿਹੜਾ ਬਾਅਦ 'ਚ ਮਤਲਬ ਪੰਜਾਬੀ ਅਤੇ ਇੰਗਲਿਸ਼ ਨੂੰ ਮਿਕਸ ਜਿਹਾ ਕਰਕੇ ਗਾਇਆ ਸੀਗਾ, ਉਹ ਰੈਪ ਮੈਨੂੰ ਬਹੁਤ ਘੈਂਟ ਲੱਗੀ, ਉਹ ਪਾਰਟ ਘੈਂਟ ਸੀਗਾ। ਬਾਕੀ ਯਾਰ ਜਦੋਂ ਸਿੱਧੂ ਬਾਈ ਦਾ ਵਰਸ ਡਰੋਪ ਹੋਇਆ ਨਾ, ਧਰਮਣਾ ਸਵਾਰ ਆ ਗਿਆ ਬਾਈ, ਮਤਲਬ ਦੱਸ ਨਹੀਂ ਸਕਦਾ ਵੀ ਕੀ ਫੀਲਿੰਗ ਸੀਗੀ, ਹੈ ਨਾ, ਉਦੋਂ ਮਤਲਬ
ਪਹਿਲਾਂ ਗਾਣਾ ਚੱਲੀ ਜਾਂਦਾ ਸੀ ਇੱਕ ਲਹਿਜ ਹੀ 'ਚ, ਜਦੋਂ ਬਾਈ ਸਿੱਧੂ ਬਾਈ ਦਾ ਵਰਸ ਡਰੋਪ ਹੋਇਆ ਨਾ, ਇੱਕੋ ਤਾਂ ਉਹਨੀ ਐਨਰਜੀ ਜੀ ਮਤਲਬ ਅੱਪ ਹੋ ਜਾਂਦੀ ਹੁੰਦੀ ਗਾਣੇ ਦੀ, ਅਤੇ ਸੁਣਨ ਮਤਲਬ ਜੋ ਮੈਂ ਸੁਣ ਰਿਹਾ ਸੀਗਾ ਮੈਨੂੰ ਵੀ ਐਂ ਮਤਲਬ ਇੱਕੋ ਦਮ ਉਹ ਗੂਸ ਬੰਪ ਜੇ ਆ ਗਏ ਹੈ ਨਾ, ਵੀ ਯਾਰ ਕਿਆ ਬਾਤ ਆ ਹੈ ਨਾ, ਸਿਰਾ ਹੋ ਗਿਆ। ਅਤੇ ਬਾਈ ਦੀ ਵੋਕਲ ਹੀ ਇਹ ਹੀ ਆ ਯਾਰ, ਬਾਈ ਵੋਕਲ ਦੇ ਵਿੱਚ ਦਮ ਹੀ ਇੰਨਾ ਜ਼ਿਆਦਾ ਹੈਗਾ ਵੀ ਮਤਲਬ ਜਦੋਂ ਬਾਈ ਦੀ ਬਾਈ ਦਾ ਵਰਸ ਡਰੋਪ ਹੁੰਦਾ ਤਾਂ ਮਤਲਬ ਇੱਕ ਅਲੱਗ ਜਿਹੀ ਐਨਰਜੀ ਆ ਜਾਂਦੀ ਆ ਹਰੇਕ ਗਾਣੇ ਦੇ ਵਿੱਚ ਹੀ। ਪਾਪੀ ਗਾਣਾ ਸੁਣਿਆ ਸੀਗਾ ਹੈ ਨਾ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਰੰਗਰੇਜ਼ ਬਾਈ ਦਾ, ਉਹ ਵੀ ਗਾਣਾ ਜਦੋਂ ਚੱਲੀ ਜਾਂਦਾ ਬਾਈ ਨੇ ਬਹੁਤ ਵਧੀਆ ਗਾਇਆ ਰੰਗਰੇਜ਼ ਨੇ ਹੈ ਨਾ, ਪਰ ਜਦੋਂ ਬਾਈ ਦਾ ਵਰਸ ਡਰੋਪ ਹੁੰਦਾ ਨਾ ਉਦੋਂ ਇੱਕ ਅਲੱਗ ਹੀ ਐਨਰਜੀ ਆਉਂਦੀ ਆ ਗਾਣੇ ਦੇ ਵਿੱਚ। ਬਾਈ ਦੀ ਵੋਕਲ ਹੀ ਯਾਰ ਇੰਨੀ ਸਿਰਾ ਸੀਗੀ ਹੈ ਨਾ। ਅਤੇ ਬਾਕੀ ਕੁੱਲ ਮਿਲਾ ਕੇ ਗਾਣਾ ਮੈਨੂੰ ਬਹੁਤ ਜ਼ਿਆਦਾ ਘੈਂਟ ਲੱਗਿਆ ਬਾਈ। ਬਾਈ ਦਾ ਜਿਹੜਾ ਲਿਖੀਆਂ ਗਾ ਚੀਜ਼ਾਂ ਸੀਗੀਆਂ ਬਾਈ, ਉਹ ਵੀ ਸਿਰਾ ਹੀ ਸੀਗੀਆਂ, ਇਕੱਲੀ ਇਕੱਲੀ ਗੱਲ ਪੂਰੀ ਬੰਬ ਲਿਖੀ ਆ ਬੰਦੇ ਨੇ। ਅਤੇ ਬਾਕੀ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ ਬਾਈ। ਮੇਰੇ ਹਿਸਾਬ ਨਾਲ ਤਾਂ ਸਾਰਿਆਂ ਨੂੰ ਵਧੀਆ ਹੀ ਲੱਗਿਆ ਹੋਊਗਾ ਗਾਣਾ। ਬਸ ਬਾਈ ਇਹੀ ਸੀਗੀ ਵੀਡੀਓ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰ ਦਿਉ, ਆਪਣੇ ਚੈਨਲ ਨੂੰ ਵੀ ਕਰ ਦਿਉ ਸਬਸਕ੍ਰਾਈਬ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਥੈਂਕਸ ਫੋਰ ਵਾਚਿੰਗ ਗਾਈਜ਼। Signs are steadily